हेलो हेलो हेलो। हाँ हेलो 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 पूरा पाजी पब्लिक बाड़ी बैठी है, हेलो इन्हें नु क्या तुम उठा दो फिर इन अंदर बढ़ा देना जी। हेलो 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 वही वही सत श्रीकाल जी सारे ने। अज मैच चल रहा जी, टूरनामेंट ऑर्गेनाइज किया गया लोगन पंजाबी कम्युनिटी स्पोर्ट्स क्लब वालों। सेकंड एनुअल सॉकर ते वॉलीबॉल का टूरनामेंट है, दूजा दिन है टूरनामेंट का। ते अज वॉलीबॉल छोड़े ने जी, ते चल रहा सेमीफाइनल वॉलीबॉल च। दोनों टीमां ब्रिस्बेन दी टीमां ने जी। ब्रिस्बेन तो साढ़े खब्बे हथ मैरून कलर यूनिफॉर्म दे विच
ਸਿੰਘ ਸਪਾਈਕਰਸ ਤੇ ਇੱਧਰ ਬਲੈਕ ਦੇ ਵਿੱਚ ਹੈਗੇ ਹੈਗੇ ICSC ਜੀ, ਦੋਨੇ ਬੜੀਆਂ ਟੌਪ ਦੀਆਂ ਟੀਮਾਂ ਨੇ ਬ੍ਰਿਸਬਨ ਦੀਆਂ ਤੇ ਬੜਾ ਫਸਵਾਂ ਮੁਕਾਬਲਾ ਚੱਲ ਰਿਹਾ ਦੋਨੇ ਟੀਮਾਂ ਦੇ ਵਿੱਚ, ਦੋਨੋਂ ਪਲੇਅਰ ਬੜੀ ਐਫਰਟ ਕਰ ਰਹੇ ਨੇ ਆਪਣੀ ਆਪਣੀ ਜਗ੍ਹਾ ਤੇ ਤੇ ਮੇਰਾ ਸਾਰੇ ਕਾਲਾ ਜੀ ਵੱਲੋਂ ਬਹੁਤ ਵਧੀਆ ਜੀ ਸ਼ਾਰਟ ਬਾਲ ਤੇ ਸਮੈਸ਼ ਮਾਰੀ ਗਈ ਤੇ ਇਹ ਪੁਆਇੰਟ ਗਿਆ ਜੀ ਸਿੰਘ ਸਪਾਈਕਰ ਦੇ ਖਾਤੇ ਚ। ਸਰਵ ਕੀਤੀ ਹੈ ਜੀ ਸਿੰਘ ਸਪਾਈਕਰ ਨੇ ਤੇ ਬਹੁਤ ਸੋਹਣਾ ਬਲੌਕ, ਓ ਗੁੱਡ ਡਿਫੈਂਸ, ਓ ਰੀਅਲੀ ਗੁੱਡ, ਓਕੇ ਜੀ ਬਹੁਤ ਸੋਹਣੀ ਡਿਫੈਂਸ ਕੀਤੀ ਜੀ ICSC ਨੇ। ਹਾਂਜੀ ਲਿੰਕ ਨਾ ਦੁਬਾਰਾ ਬਣਾਤਾ ਮੈਂ ਤੇ ਸ਼ੇਅਰ ਕਰ ਦੋ ਫੇਸਬੁੱਕ ਤੇ, ਨਹੀਂ ਤੁਸੀਂ ਮਤਲਬ YouTube ਤੋਂ ਚੱਕ ਕੇ ਚੱਕ ਲਓ ਜੀ ਦੋਨੋਂ ਟੀਮਾਂ, ਬੜਾ ਉਹ ਬਹੁਤ ਸੋਹਣਾ ਬਲੌਕ ਪਾਈ ICSC ਨੇ ਤੇ ਟੱਚ ਹੋ ਕੇ ਬਾਹਰ ਚਲੀ ਗਈ ਜੀ ਤੇ ਪੁਆਇੰਟ, ਇੱਕ ਕਮੈਂਟਰੀ ਵੀ ਨਾਲ ਚੱਲੀ ਜਾਂਦੀ ਹੈ ਕਿੱਦਾਂ ਆਊਗਾ ਸਿੰਘ ਸਪਾਈਕਰ ਦੇ ਖਾਤੇ ਜੀ ਮੇਰੇ ਲਈ ਕਾਲੇ ਵੱਲੋਂ ਸਰਵਿਸ ਹੋ ਰਹੀ ਹੈ, ਸ਼ੇਅਰ ਕਰ ਦੋ ਬੜੀ ਹੀ ਚਲਾਕੀ ਨਾਲ ਲਿੱਤਾ ਹੈ ਪੁਆਇੰਟ, ਬਹੁਤ ਸੋਹਣਾ ਪੁਆਇੰਟ ਲਿੱਤਾ ਜੀ ਸਿੰਘ ਸਪਾਈਕਰ ਦੇ ਪਲੇਅਰ ਨੇ ਹਰਦੀਪ ਨੇ। ਆਊਟ ਸਰਵਿਸ ਪੁਆਇੰਟ ICSC ਦਾ ਜੀ, ਦੋਨੇ ਟੀਮਾਂ ਰੋਟੇਸ਼ਨ ਦੇ ਵਿੱਚ ਖੇਡ ਰਹੀਆਂ ਨੇ ਤੇ ਹੁਣ ਸਰਵਿਸ ICSC ਵੱਲੋਂ ਹੋ ਰਹੀ ਹੈ ਜੀ, ਪਲੇਅਰ ਸਰਵਿਸ ਲਈ ਰੈਡੀ, ਓ ਜੰਪ ਐਂਡ ਸਰਵਿਸ ਗੁੱਡ, ਬਹੁਤ ਸੋਹਣੀ ਸਮੈਸ਼ ਗੁੱਡ ਡਿਫੈਂਸ, ਬਹੁਤ ਸੋਹਣੀ ਸਮੈਸ਼ ਭਿੰਦਰ ਵੱਲੋਂ ਜੀ, ICSC ਦਾ ਪਲੇਅਰ ਆ ਜੀ 10 ਨੰਬਰ ਜਰਸੀ ਚ ਭਿੰਦਰ, ਕਮਾਲ ਦਾ ਅਟੈਕ ਕੀਤਾ ਜੀ ਗੁੱਡ ਬਲੌਕ ਤੇ ਡਿਫੈਂਸ ਗੁੱਡ, ਓ ਫਿਰ ਬਹੁਤ ਵਧੀਆ ਬਲੌਕ ਹੋਇਆ ਜੀ ICSC ਵੱਲੋਂ, ਓ ਨਾਈਸ ਬਹੁਤ ਸੋਹਣਾ ਜੀ, ਬਹੁਤ ਸੋਹਣੀ ਡਿਫੈਂਸ ਦੋਨੇ ਹੀ ਟੀਮਾਂ ਵੱਲੋਂ ਕੀਤੀ ਜਾ ਰਹੀ ਹੈ, ਨੇੜੇ
ਮੈਂ ਤੁਹਾਨੂੰ ਕਿਤੇ ਨਹੀਂ ਕਰੂੰਗਾ। ਥੋੜਾ ਉੱਤਰ ਬੋਲਾਂ ਮੇਰੇ ਨਾਲ ਨੇ ਜੀ, ਮੇਰੇ ਸੱਜੇ ਹੱਥ ਬੈਠੇ ਨੇ ਜਸਵਿੰਦਰ ਰਾਣੀਪੁਰ ਜੀ, ਜਾਣੀ ਮਾਣੀ ਸ਼ਖਸੀਅਤ ਬ੍ਰਿਸਬੇਨ ਤੋਂ, ਤੇ ਹਮੇਸ਼ਾ ਹੀ ਸਾਡਾ ਸਾਥ ਦਿੰਦੇ ਨੇ ਟੂਰਨਾਮੈਂਟ ਦੇ ਵਿੱਚ। ਕੱਲ ਜਿੱਦਾਂ ਕਿ ਸਾਡਾ ਸੌਕਰ ਦਾ ਟੂਰਨਾਮੈਂਟ ਹੋਇਆ ਸੀਗਾ, ਉਹਦੇ ਵਿੱਚ ਵੀ ਬੜਾ ਸੋਹਣਾ, ਸਾਰਾ ਦਿਨ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5-6 ਵਜੇ ਤੱਕ ਇਹਨਾਂ ਨੇ ਕਮੈਂਟ ਦੀ ਸੇਵਾ ਨਿਭਾਈ, ਤੇ ਅੱਜ ਸਾਡੇ ਨਾਲ ਵਾਲੀਬਾਲ ਦੇ ਟੂਰਨਾਮੈਂਟ ਤੇ ਜੁੜੇ ਹੋਏ ਨੇ ਜੀ। ਕੀ ਵਿਚਾਰ ਹੈ ਰਾਣੀਪੁਰ ਜੀ ਤੁਹਾਡੇ? ਕੋਈ ਸਾਰੇ, ਸਭ ਤੋਂ ਪਹਿਲਾਂ 7 ਫੀਸ ਟੀਵੀ ਚੈਨਲ ਦੇਖ ਰਹੇ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਜਸਵਿੰਦਰ ਰਾਣੀਪੁਰ ਵੱਲੋਂ ਪਿਆਰ ਸਤਿ ਸ੍ਰੀ ਅਕਾਲ। ਤੇ ਗੁਰਵੀਰ ਸਿੰਘ ਜੀ ਮੇਰੇ ਨਾਲ ਬਣੇ ਹੋਏ ਨੇ ਜੀ, ਜਿਹੜੇ ਕਿ ਪ੍ਰੈਜ਼ੀਡੈਂਟ ਨੇ ਪੰਜਾਬ ਲੋਗਨ ਪੰਜਾਬੀ ਕਮਿਊਨਿਟੀ ਸਪੋਰਟਸ ਕਲੱਬ ਲੋਗਨ ਦੇ, ਤੇ ਹਰ ਸਾਲ ਇਹ ਖੇਡ ਮੇਲਾ ਕਰਵਾਉਂਦੇ ਨੇ, ਤੇ ਇਹ ਦੂਜਾ ਖੇਡ ਮੇਲਾ ਇਹਨਾਂ ਦਾ ਜਿਹੜਾ ਲੋਗਨ ਦੀਆਂ ਗਰਾਊਂਡਾਂ ਦੇ ਵਿੱਚ ਪਾਰਕ ਰੈਜ ਕਰਵਾਇਆ ਗਿਆ। ਸੋ ਬਹੁਤ ਹੀ ਸ਼ਾਨਦਾਰ, ਜਿਹੜਾ ਪਿਛਲੇ ਸਾਲ ਵੀ ਸ਼ਾਨਦਾਰ ਸੀ ਪਰ ਐਤਕੀ ਹੋਰ ਸ਼ਾਨਦਾਰ ਕਰਵਾਇਆ ਗਿਆ, ਜਿਹਦੇ ਵਿੱਚ ਕਿ ਖੇਡਾਂ ਤੋਂ ਇਲਾਵਾ ਜਿਵੇਂ ਕਿ ਪਾਣੀ ਦੀ ਸੇਵਾ, ਲੰਗਰ ਦੀ ਸੇਵਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਕੇ ਲੰਗਰ ਨਾਲ ਨਾਲ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਪਲੇਅਰਾਂ ਤੱਕ ਜਿਹੜਾ ਹੈਗਾ ਆ ਉਹ ਖੇਡਾਂ ਹੋਈਆਂ ਨੇ। ਕਬੱਡੀ ਵੀ ਹੋਈ ਹੈ, ਅਥਲੈਟਿਕਸ ਹੋਈ ਹੈ, ਉਹ ਤੋਂ ਇਲਾਵਾ ਸੌਕਰ ਤੇ ਹੋਰ ਸਾਰੀਆਂ ਗੇਮਾਂ ਆ ਉਹ ਕਰਵਾਈਆਂ ਗਈਆਂ, ਲੇਡੀਜ਼ ਦੀਆਂ ਮਿਊਜ਼ੀਕਲ ਚੇਅਰ ਵੀ ਕਰਵਾਈਆਂ ਗਈਆਂ। ਸੋ ਤੇ ਕੱਲ ਦੀ ਮੈਂ ਗੱਲ ਕਰਾਂ ਤਾਂ ਕੱਲ ਬੜਾ ਮਨ ਖੁਸ਼ ਹੋਇਆ, ਬਹੁਤ ਵਧੀਆ ਦਿਨ ਲੱਗਾ ਹੋਇਆ ਸੀ ਕੁਦਰਤ ਵੱਲੋਂ, ਤੇ ਨਾਲ ਦੀ ਨਾਲ ਜਿਹੜਾ ਪ੍ਰਬੰਧਾਂ ਦੇ ਤੌਰ ਤੇ ਜਿਹੜਾ ਆ ਲੋਗਨ ਪੰਜਾਬੀ ਕਮਿਊਨਿਟੀ ਸਪੋਰਟਸ ਕਲੱਬ ਜਿਹੜੀ ਆ ਉਹ ਵਧਾਈ ਦੀ ਪਾਤਰ ਹੈ। ਔਰ ਇਹ ਕਲੱਬ ਸਿੱਖ ਗੇਮਾਂ ਤੋਂ ਲੈ ਕੇ ਹਰ ਇੱਕ ਇਵੈਂਟ ਵਿੱਚ ਭਾਗ ਲੈਂਦੀ ਹੈ, ਆਪਣੇ ਖਿਡਾਰੀ ਹਨ ਇਹਨਾਂ ਦੇ, ਸੋ ਬੜੀ ਵਧੀਆ ਆਰਗੇਨਾਈਜੇਸ਼ਨ ਹੈ। ਸੋ ਇਹਨਾਂ ਨੂੰ ਟੂਰਨਾਮੈਂਟ ਦੀ ਸਫਲਤਾ ਦੀਆਂ ਬਹੁਤ ਬਹੁਤ ਵਧਾਈਆਂ, ਤੇ ਅੱਜ ਸੈਕਿੰਡ ਡੇ ਜਿਹੜਾ ਹੈਗਾ ਆ ਉਹ ਇੱਥੇ ਵਾਟਰਫੋਰਡ ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਇਨਡੋਰ ਇਹ ਕਾਲਜ ਤੋਂ ਜਿਹੜਾ ਹੈਗਾ ਆ ਹਾਲ ਜਿਹੜਾ ਇਨਡੋਰ ਉਹਦੇ ਵਿੱਚ ਅੱਜ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ, ਇਹਦੇ ਵਿੱਚ ਵੀ ਰੌਣਕ ਦੇਖਣ ਨੂੰ ਮਿਲ ਰਹੀ ਹੈ। ਔਰ ਨਾਲ ਦੀ ਨਾਲ ਖਿਡਾਰੀ ਜਿਹੜੇ ਆ ਵੱਖ ਵੱਖ ਕਲੱਬਾਂ ਤੋਂ ਪਹੁੰਚੇ ਹੋਏ ਹਨ। ਇਸ ਵੇਲੇ ਵੀ ਬਹੁਤ ਖਾਸਵਾਂ ਮੈਚ ਚੱਲ ਰਿਹਾ ਹੈ ਜਿਹੜਾ ਕਿ ICSC ਤੇ ਸਿੰਘ ਸਪਾਈਕਰਸ ਦੇ ਵਿਚਕਾਰ ਮੈਚ ਹੋ ਰਿਹਾ ਜੀ। ਸੋ ਬੜਾ ਆਨੰਦ ਲੈ ਰਹੇ ਨੇ ਦਰਸ਼ਕ, ਔਰ ਬੜਾ ਖਾਸਵਾਂ ਮੈਚ ਹੈ, ਔਰ ਦੂਜੇ ਦਿਨ ਵੀ ਇਹ ਕੰਮ ਕਰਵਾਉਣੇ ਬਹੁਤ ਹੀ ਜਿਹੜਾ ਹੈਗਾ ਆ ਪ੍ਰੈਕਟੀਕਲੀ ਬਹੁਤ ਔਖੇ ਆ। ਸੋ ਬੜਾ ਸਾਡਾ ਬ੍ਰੈਸਬੇਨ ਭਾਗਾਂ ਵਾਲਾ ਮੈਂ ਕਹਿ ਸਕਦਾ ਕਿ ਜਿੱਥੇ ਇਹੋ ਜਿਹਾ ਖੇਡ ਮੇਲੇ ਜਿਹੜੇ ਆ ਹੁੰਦੇ ਆ, ਤੇ ਲੋਗਨ ਪੰਜਾਬੀ ਕਮਿਊਨਿਟੀ ਸਪੋਰਟਸ ਕਲੱਬ ਜਿਹੜੀ ਆ ਉਹਦੇ ਲਈ ਪਰਮਾਤਮਾ ਅੱਗੇ ਵੀ ਅਰਦਾਸ ਹੈ, ਵੈਸਟ ਵੀ ਸੀ ਜਾ ਕੇ ਅੱਗੇ ਵੀ ਇਹੋ ਜਿਹਾ ਕੰਮ ਕਰਦੇ ਰਹੋ। ਸੋ ਮੈਂ ਹੁਣ ਗੁਰਵੀਰ ਸਿੰਘ ਜੀ ਨੂੰ ਬੇਨਤੀ ਕਰਨਾ ਸੀ ਉਹ ਆਪਣੇ ਜਿਹੜੇ ਆ ਹੋਰ ਵਿਚਾਰ ਜਿਹੜੇ ਆ ਉਹ ਤੁਹਾਨੂੰ ਦੱਸਣਗੇ, ਤੇ ਨਾਲ ਨਾਲ ਅਸੀਂ ਮੈਚ ਦੀ ਜਿਹੜੀ ਕਮੈਂਟਰੀ ਹੈ ਉਹ ਵੀ ਕਰੀ ਜਾਵਾਂਗੇ। ਇਸ ਵੇਲੇ ਵੀ ਆ ਬ੍ਰੇਕ ਹੋਈ ਸੀ ਤੇ ਖਿਡਾਰੀ ਜਿਹੜੇ ਆ ਉਹ ਆਪਸ ਵਿੱਚ ਸਲਾਹਾਂ ਕਰ ਰਹੇ ਨੇ, ਔਰ ਨਾਲ ਦੀ ਨਾਲ ਇੱਕ ਟੀਮ ਜਿਹੜੀ ਆ ਸਿੰਘ ਸਪਾਈਕਰ ਮੈਦਾਨ ਵਿੱਚ ਆ ਚੁੱਕੀ ਤੇ ਦੂਜੀ ਨਾਲ ਟੀਮ ਜਿਹੜੀ ਆ ਉਹ ਵੀ ਬਹੁਤ ਇਸ ਵੇਲੇ ਉਤਸ਼ਾਹ ਦੇ ਵਿੱਚ ਹੈ, ਤੇ ਖਿਡਾਰੀ ਕੋਸ਼ਿਸ਼ ਕਰ ਰਹੇ ਨੇ ਕਿ ਇੱਕ ਤੋਂ ਦੂਜੇ ਤੋਂ ਵੱਧ ਉਹ ਆਪਣੀ ਪਰਫਾਰਮੈਂਸ ਦੇ ਕੇ ਆਪਣੀ ਟੀਮ ਨੂੰ ਜਿਤਾਉਣ। ਬਟ ਗੱਲ ਕੀ ਹੁੰਦੀ ਹੈ ਕਿ ਫੈਸਲਾ ਤਾਂ ਐਂਡ ਤੇ ਹੋਣਾ ਹੁੰਦਾ ਹੈ,
ਤੇ ਇਸ ਵੇਲੇ ਜਿਹੜਾ ਹੈਗਾ ਆ ਉਹ ਕਮੈਂਟ ਜਿਹੜਾ ਹੈਗਾ ਉਹ ਬਾਕੀ ਕਮੈਂਟ ਲੋਗਨ ਪੰਜਾਬੀ ਸੋਰੀ ਜਿਹੜਾ ਹੈਗਾ ਆਈ ਸੀ ਐਸ ਸੀ ਕਲੱਬ ਉਹਦੇ ਹੱਕ ਚ ਗਿਆ ਤੇ ਨਾਲ ਦੀ ਨਾਲ ਜਿਹੜਾ ਹੈਗਾ ਆ ਸਿੰਘ ਸਪਾਈਕਰ ਜਿਹੜਾ ਆ ਉਹ ਖਿਡਾਰੀ ਇਸ ਵੇਲੇ ਕੋਸ਼ਿਸ਼ ਕਰ ਰਿਹਾ। ਦੇਖੋ ਵਾਲੀਬਾਲ ਇੱਕ ਮੈਂ ਕਹਿ ਸਕਦਾ ਬੜਾ ਤਿਲਕਣਬਾਜ਼ੀ ਹੁੰਦੀ ਹੈ ਜਿਹੜੀ ਸਪੋਰਟਸ ਹੈਗੀ ਆ ਇਹਦੇ ਵਿੱਚ ਕਈ ਵਾਰੀ ਬਾਲ ਬਿਲਕੁਲ ਖਿਡਾਰੀ ਦੇ ਸਾਹਮਣੇ ਹੁੰਦੀ ਆ ਪਰ ਪੁਆਇੰਟ ਖੁੱਜ ਜਾਂਦਾ ਤੇ ਹੁਣ ਦੂਜੇ ਪਾਸੇ ਸਿੰਘ ਸਪਾਈਕਰ ਤੋਂ ਜਿਹੜਾ ਖਿਡਾਰੀ ਆ ਉਹ ਇਸ ਵੇਲੇ ਬਾਲ ਦੂਜੇ ਪਾਸੇ ਸੁੱਟ ਰਿਹਾ ਪਰ ਦੂਜੇ ਆਈ ਸੀ ਐਸ ਸੀ ਦੇ ਪਲੇਅਰ ਮੈਂ ਕਹਿੰਦਾ ਬੜੀ ਆਪਣੀ ਸਿਆਣਪ ਦੇ ਨਾਲ ਔਰ ਬੜੀ ਇੱਕ ਟੈਕਨੀਕਲੀ ਤਰੀਕੇ ਦੇ ਨਾਲ ਖੇਡ ਰਹੇ ਆ ਤੇ ਪੁਆਇੰਟ ਲੈ ਰਹੇ ਆ ਤੇ ਮੈਂ ਹੁਣ ਗੁਰਵੀਰ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਮੇਰੇ ਨਾਲ ਮੈਚ ਦੇਖ ਰਹੇ ਨੇ ਤੇ ਆਪਣਾ ਮੈਚ ਦੀ ਟੀ20 ਜਾਂ ਨਾਲੋਂ ਨਾਲ ਕਰ ਲੈ। ਗੁਰਵੀਰ ਸਿੱਧੂ ਜੀ ਹਾਂਜੀ ਗਣਪੁਰ ਜੀ ਆਪਣੇ ਨਾਲ ਹੀ ਤੁਹਾਡੇ ਤੇ ਬੜਾ ਆਨੰਦ ਮਾਣ ਰਿਹਾ ਜੀ ਉਸ ਸੈਮੀਫਾਈਨਲ ਦਾ ਜਿਹੜਾ ਕਿ ਸਿੰਘ ਸਪਾਈਕਰਸ ਤੇ ICSE ਦਰਮਿਆਨ ਹੋ ਰਿਹਾ ਜੀ ਤੇ ਪੁਆਇੰਟ ਇਸ ਸਮੇਂ ਜੀ ਸਿੰਘ ਸਪਾਈਕਰ ਦੇ 15 ਤੇ ICSE ਦੇ 8 ਪੁਆਇੰਟ ਨੇ ਜੀ ਤੇ ਪਹਿਲਾ ਸੈੱਟ ਚੱਲ ਰਿਹਾ ਹੈਗਾ। ਦੋਨੇ ਹੀ ਟੀਮਾਂ ਵੱਲੋਂ ਆਪਣੇ ਆਪਣੇ ਤੌਰ ਤੇ ਬੜੀ ਜੱਦੋਜਹਿਦ ਹੋ ਰਹੀ ਆ ਤੇ ਇਸ ਸਮੇਂ ਸਿੰਘ ਸਪਾਈਕਰ ਦੇ ਪੁਆਇੰਟ ਅੱਗੇ ਨੇ ਪਰ ਜਿਵੇਂ ਕ੍ਰਿਕਟ ਦੇ ਵਿੱਚ ਕਹਿੰਦੇ ਤਿਲਕਣਬਾਜ਼ੀ ਹੁੰਦੀ ਬੋਲਿੰਗ ਚ ਉੱਪਰ ਸਿੱਖ ਨਹੀਂ ਹੁੰਦਾ ਜੀ ਕੋਈ ਪਤਾ ਨਹੀਂ ਦੂਜੀ ਟੀਮ ਕਦੋਂ ਕਵਰ ਕਰ ਜੇ ਤੇ ਪੁਆਇੰਟ ਦੂਸਰੀ ਟੀਮ ਦੇ ਅੱਗੇ ਚਲੇ ਜਾਣ ਤੇ ਫੇਰ ਵੀ ਫਸਵਾਂ ਮੁਕਾਬਲਾ ਇਸ ਤਰ੍ਹਾਂ ਹੁੰਦਾ ਜਦੋਂ ਦੂਸਰੀ ਟੀਮ ਵੀ ਕੋਸ਼ਿਸ਼ ਕਰਦੀ ਆ ਤੇ ਆਪਣੇ ਆਪ ਨੂੰ ਦੂਸਰੀ ਆਪਣੀ ਅਪੋਜੀਸ਼ਨ ਟੀਮ ਦੇ ਬਰਾਬਰ ਲੈ ਕੇ ਆਉਂਦੀ ਆ ਤੇ ਸਾਰੇ ਬੱਚੇ ਪਹੁੰਚੇ ਹੋਏ ਨੇ ਜੀ ਸਾਡੇ ਇੱਥੇ ਕੱਲ੍ਹ ਸਾਰਾ ਦਿਨ ਸੋਕਰ ਚ ਰਹੇ ਮੈਚਾਂ ਦੇ ਵਿੱਚ ਅੱਜ ਵਾਲੀਬਾਲ ਦਾ ਆਨੰਦ ਮਾ ਰਹੇ ਨੇ ਤੇ ਅੱਜ ਇਸ ਹੈਗਾ ਜੀ ਆਪਣੇ ਵਾਟਰਫੋਰਡ ਕੈਂਟਬਰੀ ਕਾਲਜ ਉਹਦੇ ਵਿੱਚ ਇਨਡੋਰ ਹੋ ਰਿਹਾ ਜੀ ਇਹ ਤੇ ਬਹੁਤ ਹੀ ਸੋਹਣਾ ਵੈਨਿਊ ਹੈ ਜੀ ਸਕੂਲ ਦਾ ਤੇ ਸਵੇਰ ਤੋਂ ਹੀ ਅੱਜ ਸਾਡੀਆਂ ਲੇਡੀਜ਼ ਵੱਲੋਂ ਜੀ ਲੰਗਰ ਦੀ ਸੇਵਾ ਜਿੱਦਾਂ ਕੱਲ੍ਹ ਸਾਰਾ ਦਿਨ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਕੀਤੀ ਗਈ ਸਾਰੇ ਹੀ ਦਰਸ਼ਕਾਂ ਲਈ ਆਈਆਂ ਹੋਈਆਂ ਫੈਮਿਲੀਆਂ ਲਈ ਤੇ ਅੱਜ ਵੀ ਉਸੇ ਤਰੀਕੇ ਨਾਲ ਜੀ ਚਾਹ ਦਾ ਲੰਗਰ ਚੱਲਿਆ ਜੀ ਸਵੇਰੇ 12 ਵਜੇ ਤੱਕ ਪਕੌੜਿਆਂ ਨਾਲ ਤੇ ਹੁਣ ਉਸ ਤੋਂ ਬਾਅਦ ਲੰਚ ਕਰਨ ਤੋਂ ਬਾਅਦ ਸਾਰੇ ਹੀ ਜਿੰਨੇ ਦਰਸ਼ਕ ਲਗਭਗ ਇੱਥੇ ਪਹੁੰਚੇ ਹੋਏ ਨੇ ਦੇਖਣ ਤੇ ਅਸੀਂ ਜਿੰਨੇ ਵੀ ਦਰਸ਼ਕ ਕੋਈ ਫੇਸਬੁੱਕ ਦੇ ਮਾਧਿਅਮ ਰਾਹੀਂ ਜਾਂ ਯੂਟਿਊਬ ਦੇ ਮਾਧਿਅਮ ਰਾਹੀਂ ਇਸ ਨੂੰ ਲਾਈਵ ਦੇਖ ਰਹੇ ਨੇ ਸਾਰਿਆਂ ਸਵਾਗਤ ਕਰਦੇ ਹਾਂ ਤੇ ਸਭ ਤੋਂ ਜ਼ਿਆਦਾ ਵੀ ਧੰਨਵਾਦ ਕਰਦੇ ਹਾਂ ਵੀਰ ਗੁਰਪ੍ਰੀਤ ਦਾ 7 ਸੀਰੀਜ਼ TV ਤੋਂ ਤੇ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਕੱਲ੍ਹ ਵੀ ਸਾਡਾ ਸੋਕਰ ਦਾ ਟੂਰਨਾਮੈਂਟ ਸਾਰਾ ਦਿਨ ਹੀ ਕਵਰ ਕੀਤਾ ਤੇ ਉਹਦੀਆਂ ਵੱਖ ਵੱਖ ਚਲਕੀਆਂ ਆਉਣ ਵਾਲੇ ਦਿਨਾਂ ਚ ਉਹ ਆਪਣੇ ਚੈਨਲ ਤੇ ਤੁਹਾਨੂੰ ਦਿਖਾਉਣਗੇ ਤੇ ਅਸੀਂ ਵੀ ਆਪਣੇ ਕਲੱਬ ਦੇ ਫੇਸਬੁੱਕ ਪੇਜ ਤੇ ਸ਼ੇਅਰ ਕਰਾਂਗੇ ਤੇ ਅੱਜ ਵੀ ਵੀਰ ਜੀ ਹੁਣੇ ਸਵੇਰ ਤੋਂ ਹੀ ਪਹੁੰਚੇ ਹੋਏ ਨੇ ਜੀ ਇੱਥੇ ਇਨਡੋਰ ਗਰਾਊਂਡ ਦੇ ਵਿੱਚ ਤੇ ਸਾਰੇ ਮੈਚ ਕਵਰ ਕਰ ਰਹੇ ਨੇ ਤੇ ਸਪੈਸ਼ਲੀ ਅਸੀਂ ਇਹ ਵਾਲੀਬਾਲ ਦਾ ਜੋ ਸੈਮੀਫਾਈਨਲ ਆ ਤੇ ਇਸ ਤੋਂ ਬਾਅਦ ਫਾਈਨਲ ਹੋਣਾ ਉਹ ਅਸੀਂ ਲਾਈਵ ਦਿਖਾਵਾਂਗੇ ਸਾਰਿਆਂ ਨੂੰ ਤਾਂ ਕਿ ਜੋ ਲੋਕ ਇੱਥੇ ਨਹੀਂ ਪਹੁੰਚ ਸਕੇ ਕਿਸੇ ਕਾਰਨ ਕਰਕੇ ਕਿਉਂਕਿ ਐਤਵਾਰ ਦਿਨ ਆ ਜੀ ਸਕੂਲੋਂ ਛੁੱਟੀਆਂ ਚੱਲ ਰਹੀਆਂ ਨੇ ਇੱਥੇ ਸੈਕਿੰਡ ਟਰਮ ਫਿਨਿਸ਼ ਹੋਈ ਆ ਬੱਚਿਆਂ ਦੀ ਤੇ ਉਸ ਤੋਂ ਬਾਅਦ ਕਈ ਫੈਮਿਲੀਆਂ ਬਾਹਰ ਮੁਕੰਮਲ ਵੀ ਗਈਆਂ ਹੋਈਆਂ ਨੇ ਤੇ ਪਰ ਬੜੇ ਅੱਛੇ ਤਰੀਕੇ ਨਾਲ ਮੈਂ ਪੁਆਇੰਟ
ICSE ਦਾ, ਕਿਉਂਕਿ ਬਾਲ ਗਈ ਹੈ ਜੀ ਆਊਟ ਗਰਾਊਂਡ ਤੋਂ, ਤੇ ਇਸ ਲਈ ਪੁਆਇੰਟ ICSE ਦਾ, ਤੇ ICSE ਦਾ ਪਲੇਅਰ ਹੁਣ ਜੀ ਕਰ ਰਿਹਾ ਸਰਵਿਸ, ਤੇ ਬਹੁਤ ਸੋਹਣੀ ਸਰਵਿਸ ਜੀ, ਬਹੁਤ ਵਧੀਆ ਸਨੀ ਵੱਲੋਂ ਸਮੈਸ਼ ਕੀਤੀ ਗਈ। ਚਲੋ ਪੁਆਇੰਟ ਤਾਂ ਨੀ ਆਇਆ ਪਰ ਇੱਧਰੋਂ ਬੜੇ ਓਕੇ ਫਾਉਲ ਗਿਆ ਗਾ, ਤੇ ਪੁਆਇੰਟ ਫਾਉਲ ਹੋਇਆ ICSE ਦੇ ਪਲੇਅਰ ਵੱਲੋਂ, ਤੇ ਪੁਆਇੰਟ ਗਿਆ ਸਿੰਘ ਸਪਾਈਕਰਸ ਨੂੰ। ਸਰਵਿਸ ਤੇ ਆ ਗਿਆ ਜੀ ਸਨੀ, ਬਹੁਤ ਹੀ ਸੋਹਣਾ ਪਲੇਅਰ ਆ ਜੀ ਸਿੰਘ ਸਪਾਈਕਰ ਦਾ, ਬੜੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਿਹਾ ਸਿੰਘ ਸਪਾਈਕਰ ਲਈ, ਤੇ ਜਿੱਥੇ ਵੀ ਟੂਰਨਾਮੈਂਟ ਹੁੰਦੇ ਨੇ ਬ੍ਰਿਸਬਨ ਦੇ ਵਿੱਚ ਜਾਂ ਬ੍ਰਿਸਬਨ ਤੋਂ ਬਾਹਰ ਸਾਰੀ ਗੇਮਾਂ ਦੇ ਵਿੱਚ ਬੜਾ ਸੋਹਣਾ ਪ੍ਰਦਰਸ਼ਨ ਕਰਦਾ ਜੀ ਇਹ ਪਲੇਅਰ। ਸੰਗਰੂਰ ਜ਼ਿਲ੍ਹੇ ਤੋਂ ਪੰਜਾਬ ਦੇ ਤੋਂ ਹੈਗਾ ਜੀ ਮੁੰਡਾ, ਉਹ ਬੜਾ ਉੱਚਾ ਲੰਬਾ 7 ਨੰਬਰ ਜਰਸੀ ਵੀ ਖੇਡਦਾ ਸਿੰਘ ਸਪਾਈਕਰ ਦਾ ਸਨੀ। ਪੁਆਇੰਟ ਦਾ ICSE ਨੂੰ ਸਰਵਿਸ ICSE ਵੱਲੋਂ ਜੀ, ਤੇ ਬੜੇ ਵਧੀਆ ਅੱਛਾ ਸਿਮ ਨੇ ਕੋਸ਼ਿਸ਼ ਕੀਤੀ ਪੁਆਇੰਟ ਲੈਣ ਦੀ ਪਰ ਬਲੌਕ ਪੈ ਗਿਆ। ਥੋੜ੍ਹਾ ਟ੍ਰਿਕੀ ਹੁੰਦਾ ਜੀ ਇਹ ਵਾਲਾ, ਜੋ ਨੈੱਟ ਦੀ ਪੱਟੀ ਨਾਲ ਟੱਚ ਹੋ ਕੇ ਆਉਂਦੀ ਹੈ ਬਾਲ, ਉਹ ਹਮੇਸ਼ਾ ਹੀ ਟ੍ਰਿਕੀ ਹੁੰਦੀ ਹੈ, ਕਿਉਂਕਿ ਸਾਨੂੰ ਕਈ ਵਾਰੀ ਦੂਸਰਾ ਪਲੇਅਰ ਉਹਨੂੰ ਡਿਫੈਂਸ ਲਈ ਚੱਕਣ ਦੀ ਕੋਸ਼ਿਸ਼ ਤਾਂ ਕਰਦਾ ਪਰ ਉਹਦੇ ਸਟੈਪ ਹੁੰਦੇ ਆ ਪਲੇਅਰ ਦੇ ਲੌਕ ਹੋ ਜਾਂਦੇ ਆ, ਕਿਉਂਕਿ ਬੜਾ ਭੁਲੇਖਾ ਪੈਂਦਾ ਜਦੋਂ ਪੱਟੀ ਨਾਲ ਬਾਲ ਟੱਚ ਹੋ ਕੇ ਸਲੋ ਹੋ ਜਾਂਦੀ ਹੈ ਨਾ, ਤੇ ਉਸ ਟਾਈਮ ਬੜੀ ਦਿੱਕਤ ਹੁੰਦੀ ਹੈ ਉਹਨੂੰ ਬਾਲ ਨੂੰ ਵਾਪਸ ਚੱਕਣ ਲਈ। ਗੁਰਪ੍ਰੀਤ ਨਾਲ ਸਾਡੀ ਫੋਟੋਗ੍ਰਾਫੀ ਦੀ ਸੇਵਾ ਨਿਭਾ ਰਿਹਾ ਜੀ, ਕੱਲ ਵੀ ਬੀਤੇ ਸਾਰਾ ਦਿਨ ਘੱਟੋ ਘੱਟ ਟੂਰਨਾਮੈਂਟ 800-900 ਫੋਟੋਆਂ ਖਿੱਚਦੇ ਹੋਣੀਆਂ ਮੇਰੇ, ਅੱਜ ਫੇਰ ਲੱਗੇ ਹੋਏ ਨੇ ਬਾਈ ਹੋਣੇ। ਤੇ ਹੋਰ ਵਾਲੀ ਪੁੱਟੀ ਤੁਹਾਡੇ ਕੀ ਵਿਚਾਰ ਆ, ਜਿਹੜਾ ਹੁਣ ਮੈਚ ਚੱਲ ਰਿਹਾ ਜੀ ਕੀ ਕਹੋਗੇ? ਦੇਖੋ ਗੁਰਵੀਰ ਸਿੱਧੂ ਜੀ, ਮੇਰੇ ਵਿਚਾਰ ਤਾਂ ਇਹੀ ਆ ਕਿ ਮੈਂ ਦੇਖ ਰਿਹਾ ਕਿ ਮੈਚ ਬੜਾ ਫਸਣਾ ਇਸ ਵੇਲੇ, ਤੇ ਖਿਡਾਰੀ ਜਿਹੜੇ ਆ ਕੋਸ਼ਿਸ਼ ਕਰ ਰਹੇ ਆ ਜਿਨ੍ਹਾਂ ਦੇ ਥੋੜੇ ਘੱਟ ਪੁਆਇੰਟ ਆ ਵੀ ਉਹ ਸਾਡੇ ਬਰਾਬਰ ਜਾਣ ਤੇ ਨਾਲ ਅਸੀਂ ਜਿੱਤੀਏ। ਆ ਦੇਖੋ ਜਿਵੇਂ ਹੁਣੇ ਆਊਟ ਗਿਆ ਖਿਡਾਰੀ ਨੇ, ਇਹ ਆਊਟ ਗਿਆ ਪਰ ਕੋਸ਼ਿਸ਼ ਕੀਤੀ, ਕੋਸ਼ਿਸ਼ ਕੀਤੀ ਪਰ ਚਲੋ ਬਾਲ ਆਊਟ ਹੋ ਗਈ। ਸੋ ਸਮੈਸ਼ ਸੋਹਣੀ ਸੀ, ਕੋਸ਼ਿਸ਼ ਕੀਤੀ ਪਰ ਲਾਈਕ ਡਾਇਰੈਕਸ਼ਨ ਸਹੀ ਨਹੀਂ ਸੀਗੀ ਤੇ ਬਾਲ ਆਊਟ ਗਈ, ਤੇ ਪੁਆਇੰਟ ਸਿੰਘ ਸਪਾਈਕਰ ਦੇ ਖਾਤੇ ਗਿਆ, ਤੇ ਫਿਰ ਜੀ ਫਿਰ ਆਊਟ ਗਈ ਬਾਲ ਸਿੰਘ ਸਪਾਈਕਰ ਵੱਲੋਂ ਇਸ ਵਾਰੀ, ਤੇ ਪੁਆਇੰਟ ICSE ਖਾਤੇ ਗਿਆ। ਹਾਂਜੀ ਤੇ ਇਹ ਬਹੁਤ ਵਧੀਆ। ਦੇਖੋ ਇੱਕ ਤਾਂ ਜੇ ਮੈਂ ਹਾਲ ਦੀ ਗੱਲ ਕਰਾਂ ਜੀ, ਕੈਂਟਬਰੀ ਕਾਲਜ ਜਿਹੜਾ ਵਾਟਰਫੋਰਡ ਹੈ, ਬਹੁਤ ਸੋਹਣਾ ਹਾਲ ਹੈ ਔਰ ਬੜੇ ਪ੍ਰਬੰਧ ਆ, ਬੜੇ ਪੁਖਤਾ ਪ੍ਰਬੰਧ ਆ, ਤੇ ਕਲੱਬ ਵੱਲੋਂ ਵੀ ਨਾਲ ਨਾਲ ਜਿਹੜੇ ਐਕਸਟਰਾ ਪ੍ਰਬੰਧ ਉਹਨਾਂ ਨੂੰ ਕਰਨ ਦੀ ਲੋੜ ਸੀਗੀ ਉਹ ਕੀਤੇ ਗਏ ਆ ਲੋਗਨ ਪੰਜਾਬੀ ਕਮਿਊਨਿਟੀ ਸਪੋਰਟਸ ਕਲੱਬ ਵੱਲੋਂ, ਤੇ ਦਰਸ਼ਕ ਵੀ ਇਸ ਵੇਲੇ ਮੌਜੂਦ ਨੇ। ਤੇ ਜਿਹੜਾ ਇਹ ਹੈ ਮੈਚ ਦੀ ਗੱਲ ਹੈ ਜੀ, ਲਓ ਜੀ ਦੇਖੋ ਸਿੰਘ ਸਪਾਈਕਰ ਦਾ ਸਿਮ ਸਾਰਾ 20 ਸਾਲ ਦਾ ਜਵਾਨ ਆ ਜੀ ਇਹ, ਤੇ ਇਹਨੇ ਬੜੇ ਹੀ ਵਧੀਆ ਜੰਪ ਕਰਕੇ ਤੇ ਸਪਾਈਕ ਕੀਤਾ ਬਾਲ ਨੂੰ, ਤੇ ਪੁਆਇੰਟ ਸਿੰਘ ਸਪਾਈਕਰ ਨੂੰ ਲੈ ਕੇ ਦਿੱਤਾ ਜੀ ਇੱਕ ਨਵਾਂ ਪੁਆਇੰਟ। ਤੇ ਸਰਵਿਸ ਤੇ ਹੈਗਾ ਜੀ ਸਤਵੀਰ, ਇਹ ਵੀ ਬੜੇ ਲੰਬੇ ਸਮੇਂ ਤੋਂ ਸਿੰਘ ਸਪਾਈਕਰ ਵੱਲੋਂ ਖੇਡਦਾ ਆ ਰਿਹਾ ਜੀ ਜਵਾਨ। ਬਾਲ ਜਿਹੜੀ ਆ ਵਾਪਸ ਆ ਚੁੱਕੀ ਹੈ, ਕਿਉਂਕਿ ਬਾਲ ਆਊਟ ਹੋ ਗਈ ਸੀ, ਤੁਸੀਂ ਨੈਚੁਰਲ ਕਰਵਾਓ ਪੈਣੇ, ਵਾਪਸ ਆ ਗਈ ਆ ਤੇ ਸਾਰੇ ਪਤਾ ਲੱਗੂ ਵੀ ਆਪਾਂ ਬਹੁਤ ਬਿਜ਼ੀ ਆ, ਕੋਸ਼ਿਸ਼ ਕਰ ਰਹੇ ਨੇ ਦੋਨਾਂ ਟੀਮਾਂ ਦੇ।
ਕਈ ਵਾਰੀ ਤਾਂ ਬਿਲਕੁਲ ਹਲਕੀ ਬੋਲ ਤੇ ਪੁਆਇੰਟ ਆ ਜਾਂਦਾ ਤੇ ਕਈ ਵਾਰੀ ਉਹ ਬੋਲ ਜਿਹੜੀ ਆ ਦੂਜੀ ਟੀਮ ਦੇ ਘੁੰਮਦੀ ਰਹਿੰਦੀ ਆ। ਕੋਸ਼ਿਸ਼ ਕੀਤੀ ਬੋਲ ਨੇ ਰੋਕਣ ਦੀ ਵੀ, ਪਰ ਸਲਿੱਕ ਹੋ ਕੇ ਬਾਹਾਂ ਦੇ ਨਾਲ ਬੋਲ ਚਲੀ ਗਈ ਆਊਟ ਕਰ ਦੋ ਭਾਜੀ। ਤੇ ਇਸ ਨੇ ਪੁਆਇੰਟ ਦੀ ਸਿੰਗ ਸਪਾਈਕਰ ਨੇ ਤੇ ਪਹਿਲਾ ਸੈੱਟ ਬੜੇ ਸ਼ਾਨਦਾਰ ਤਰੀਕੇ ਨਾਲ ਸਿੰਗ ਸਪਾਈਕਰ ਦੇ ਪਲੇਅਰ ਨੇ ਜਿੱਤ ਲਿਆ ਗਾ ਤੇ ਹੁਣ ਥੋੜੀ ਦੇਰ ਦੇ ਵਿੱਚ ਸੈਕਿੰਡ ਸੈੱਟ ਸ਼ੁਰੂ ਹੋਏਗਾ ਜੀ। ਦੇਖਦੇ ਹਾਂ ਵੀ ICSE ਕਮਬੈਕ ਕਰਦੀ ਹੈ ਕਿ ਨਹੀਂ। ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਹੈ ਪਲੇਅਰਸ ਵੱਲੋਂ, ਬਹੁਤ ਸੋਹਣੇ ਪਲੇਅਰ ਨੇ ICSE ਦੇ ਵੀ, ਬੜੀ ਮਿਹਨਤ ਕਰਦੇ ਨੇ ਮੁੰਡੇ, ਹਰ ਇੱਕ ਵੀਕ ਨੂੰ ਕੇ ਪ੍ਰੈਕਟਿਸ ਕਰਦੇ ਨੇ ਜੀ ਤੇ ਕੋਸ਼ਿਸ਼ ਉਹਨਾਂ ਵੱਲੋਂ ਪੂਰੀ ਹੋ ਰਹੀ ਆ। ਤੇ ਹਮੇਸ਼ਾ ਹੀ ਬ੍ਰਿਸਬਨ ਚ ਸੇਮ ਸਪਾਈਕਰ ਦਾ ICSE ਦਾ ਬੜਾ ਫੈਸਲਾ ਮੁਕਾਬਲਾ ਹੁੰਦਾ ਗਾ। ਅਕਸਰ ਹੀ ਅਸੀਂ ਇਹਨਾਂ ਟੀਮਾਂ ਨੂੰ ਸੈਮੀ ਫਾਈਨਲ ਜਾਂ ਫਾਈਨਲ ਦੇ ਵਿੱਚ ਹਮੇਸ਼ਾ ਹੀ ਭਰਦੇ ਦੇਖਦੇ ਹਾਂ ਤੇ ਬੜੀਆਂ ਸ਼ਾਨਦਾਰ ਤੇ ਟੌਪ ਦੀ ਟੀਮਾਂ ਨੇ ਜੀ ਬ੍ਰਿਸਬਨ ਦੀਆਂ ਸ਼ੇਅਰ ਕਰਦੇ ਜੇ ਤੇ ਸਾਨੂੰ ਵੀ ਬ੍ਰਿਸਬਨ ਚ ਰਹਿੰਦੇ ਹੋਏ ਬੜਾ ਮਾਣ ਹੈ ਇਹਨਾਂ ਦੋਨੇ ਟੀਮਾਂ ਤੇ ਕਿ ਬੜਾ ਹਮੇਸ਼ਾ ਹੀ ਦਰਸ਼ਕਾਂ ਨੂੰ ਇਹ ਇੰਟਰਟੇਨ ਕਰਦੇ ਨੇ ਜੀ ਜਦੋਂ ਵੀ ਮੈਚ ਹੁੰਦੇ ਨੇ, ਪਰ ਲੋਕਲ ਟੂਰਨਾਮੈਂਟ ਹੁੰਦੀਆਂ ਸਿੱਖ ਗੇਮਸ ਹੁੰਦੀਆਂ ਜੀ। ਬਿਲਕੁਲ ਦੇਖੋ ਖਾਸ ਕਰਕੇ ਜਗਵੀਰ ਜੀ ਨੇ ਕਹਿੰਦਾ ਵੀ ਜਿਹੜਾ ਬ੍ਰਿਸਬਨ ਦੇ ਵਿੱਚ ਸਪੋਰਟਸ ਦੇ ਪ੍ਰਤੀ ਹੋਸ ਜਿਹੜੀਆਂ ਕਲੱਬਾਂ ਚ ਤਨ ਹੋ ਗਈਆਂ ਆ ਤੇ ਕਲੱਬਾਂ ਬਣ ਰਹੀਆਂ ਆ ਔਰ ਗਾਹਾਂ ਤੋਂ ਗਾਹਾਂ ਜਿਵੇਂ ਆ ਹੁਣੇ ਦੇਖ ਲਓ ਇਸ ਮਹੀਨੇ ਦੇ ਵਿੱਚ ਕਿੰਨਾ, ਜੂਨ ਦੇ ਮਹੀਨੇ ਦੇ ਵਿੱਚ ਆਲੂਗਨ ਪੰਜਾਬੀ ਨੇ ਕੱਲ ਕਰਵਾਇਆ ਔਰ ਤੁਸੀਂ ਤੁਹਾਡੀ ਕਲੱਬ ਨੇ ਤੇ ਅੱਜ ਕਰਵਾਇਆ ਇਹ ਟੂਰਨਾਮੈਂਟ ਵਾਲੀਬਾਲ ਦਾ। ਨੈਕਸਟ ਸੰਡੇ ਮਾਝਾ ਜੂਥ ਕਲੱਬ ਵੱਲੋਂ ਕਰਵਾਇਆ ਜਾ ਰਿਹਾ, ਉਸ ਤੋਂ ਬਾਅਦ ਸੁਪੈਂਗ ਹੀ ਲੇਕਸ ਕਹਿ ਸਕਦਾ ਵੀ ਜਦੋਂ ਵਧਾਈ ਪੱਤਰ ਹੋ ਤੁਸੀਂ ਲੋਗਨ ਪੰਜਾਬੀ ਕਮਿਊਨਿਟੀ ਸਪੋਰਟਸ ਕਲੱਬ ਵਾਲੇ ਤੇ ਮਾਝਾ ਜੂਥ ਕਲੱਬ ਵਾਲੇ ਵੀ, ਜਿੱਦਾਂ ਹੋਰ ਕਲੱਬਾਂ ਵੀ ਜਿਹੜੀਆਂ ਆ ਉਹ ਲਗਾਤਾਰ ਸਪੋਰਟਸ ਦੇ ਈਵੈਂਟਸ ਦੇ ਪ੍ਰਤੀ ਚੇਤੰਨ ਹੋ ਕੇ ਟੂਰਨਾਮੈਂਟ ਕਰਾ ਰਹੀਆਂ, ਜਿੱਥੇ ਸਾਡੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਪਲੇਅਰਾਂ ਤੱਕ ਮਾਂ ਖੇਡ ਕਬੱਡੀ ਨੂੰ ਵੀ ਜਿਹੜਾ ਮਾਣ ਦਿੱਤਾ ਜਾ ਰਿਹਾ। ਤੇ ਸਾਡੇ ਇੱਕ ਹੋਰ ਚੀਜ਼ ਦੇਖਣ ਨੂੰ ਮਿਲੀ ਆ ਜੀ, ਕੱਲ ਵੀ ਮਿਲੀ ਆ ਕਿ ਸਪੋਰਟਸ ਦੇ ਪ੍ਰਤੀ ਹੁਣ ਪੇਰੈਂਟਸ ਵੀ ਜਿਹੜੇ ਆ ਉਹ ਆਪਣੇ ਬੱਚਿਆਂ ਨੂੰ ਲੈ ਕੇ, ਜਿਹਨਾਂ ਦੇ ਬੱਚਿਆਂ ਨੇ ਨਹੀਂ ਵੀ ਖੇਡਣਾ ਉਹ ਤਾਂ ਵੀ ਪਰਿਵਾਰ ਜਿਹੜਾ ਆ ਪੂਰੇ ਪਰਿਵਾਰ ਇੱਥੇ ਆਣ ਕੇ ਜਿਹੜਾ ਦੇਖ ਰਿਹਾ, ਵੱਡੀ ਗੱਲ ਜਿਹੜੀ ਦੇਖਣ ਨੂੰ ਮਿਲੀ ਆ, ਤੋਂ ਬੜੀ ਆ ਕਿ ਚੰਗੀ ਮੈਂ ਕਹਿ ਸਕਦਾ। ਲਾਸਟ ਈਅਰ ਜਿਹੜਾ ਟੂਰਨਾਮੈਂਟ ਹੋਇਆ ਸੀ, ਪਹਿਲਾ ਟੂਰਨਾਮੈਂਟ ਕਰਵਾਇਆ ਗਿਆ ਸਾਡੇ ਕਲੱਬ ਵੱਲੋਂ ਲੋਕਲ ਪੰਜਾਬੀ ਕਮਿਊਨਿਟੀ ਸਪੋਰਟਸ ਕਲੱਬ ਵੱਲੋਂ, ਉਹਦੇ ਵਿੱਚ ਕੁੱਲ 52 ਟੀਮਾਂ ਨੇ ਹਿੱਸਾ ਲਿੱਤਾ ਸੀ ਜੀ, ਆਪਣਾ ਸਾਰੇ ਬ੍ਰਿਸਬਨ ਦੇ ਵਿੱਚੋਂ ਅਲੱਗ ਅਲੱਗ ਕਲੱਬਾਂ ਤੋਂ ਤੇ ਅਲੱਗ ਅਲੱਗ ਏਜ ਗਰੁੱਪ ਦੇ ਵਿੱਚ। ਤੇ ਇਸ ਸਾਲ ਜੀ ਲਗਭਗ 57 ਤੋਂ 58 ਟੀਮਾਂ ਨੇ ਹਿੱਸਾ ਲਿੱਤਾ ਜੀ ਸੋਕਰ ਦੀਆਂ ਨੇ, ਕਈ ਨਵੀਆਂ ਕਲੱਬਾਂ ਵੀ ਇਸ ਕੀ ਸ਼ਾਮਿਲ ਹੋਈਆਂ ਨੇ। ਹਾਂਜੀ ਤੇ ਗੈਦਰਿੰਗ ਵੀ ਸਾਡਾ ਅੰਦਾਜ਼ਾ ਸੀ 1200-1300 ਜਿੱਦਾਂ ਟੋਟਲ ਪੁੱਛੀ ਪਲੇਅਰ ਜਾਂ ਦਰਸ਼ਕ ਆਪਣੇ ਆਏ ਸੀ, ਪੇਰੈਂਟਸ ਆਏ ਸੀਗੇ, ਪਰ ਇਸ ਸਾਲ 2000 ਤੋਂ ਉੱਪਰ ਸੀਗਾ ਜੀ ਜਿਹੜਾ ਉੱਥੇ ਕੱਟ ਸੀਗਾ, 2000 ਤੋਂ ਵੀ ਜ਼ਿਆਦਾ ਸੀ ਜਿਹੜੇ 600 ਦੇ ਕਰੀਬ ਤਾਂ ਪਲੇਅਰ ਸੀਗੇ ਜੀ ਜਿਹੜੇ ਅਲੱਗ ਅਲੱਗ ਆਪਣੇ ਏਜ ਗਰੁੱਪ ਦੇ ਵਿੱਚ ਸੋਕਰ ਦੇ ਵਿੱਚ ਕਬੱਡੀ ਦੇ ਵੀ ਸੀ, ਅਸੀਂ ਅੰਡਰ 15 ਦੇ ਮੈਚ ਕਰਵਾਏ ਤੇ ਪ੍ਰਵਸ਼ਾ ਕਸ਼ੀ ਦੇ ਮੁਕਾਬਲੇ ਹੋ ਜਿਹੜੇ ਕਿ ਬ੍ਰਿਸਬਨ ਦੀਆਂ ਦੋ ਟੀਮਾਂ ਨੇ ਹਮੇਸ਼ਾ ਹੀ ਹਿੱਸਾ ਲੈਂਦੀਆਂ ਨੇ ਲੋਕਲ ਟੂਰਨਾਮੈਂਟ ਦੇ ਵਿੱਚ ਤੇ ਉਹ ਪ੍ਰਵਸ਼ਾ ਕਸ਼ੀ ਬਾਅਦ ਦੇ ਵਿੱਚ ਬੱਚਿਆਂ ਨੇ ਤੇ ਆਪਣੇ ਲੇਡੀ ਨੇ ਬੜਾ ਇੰਜੋਏ ਕੀਤਾ ਜੀ, ਇੱਕ ਦੋ ਮੈਚ ਲਗਾ ਕੇ। ਬਿਲਕੁਲ ਬਿਲਕੁਲ ਜੀ, ਜਿਹੜਾ ਮਿਊਜ਼ੀਕਲ ਚੇਅਰ ਹਾਂਜੀ ਜੀ ਜਿਹੜਾ ਉਹ ਸ਼ੁਰੂਆ ਬਹੁਤ ਮਿਊਜ਼ੀਕਲ ਚੇਅਰ ਬਹੁਤ ਹਾਂ ਭੈਣਾ ਨੇ ਮਾਤਾਵਾਂ ਨੇ ਬੜੀ ਮਾਮਾ ਜੀ ਖੁਸ਼ ਹੋਈਆਂ ਉਹ ਚੀਜ਼ ਕਰਕੇ, ਹਨਾ ਉਹ ਬੜਾ ਅੱਛਾ ਲੱਗਿਆ ਉਹ। ਤੇ ਕੱਲ ਵੀ ਗੈਦਰਿੰਗ ਬਹੁਤ ਸਾਰਾ ਦਿਨ ਮੁਕੇ, ਸਾਰੇ ਜਿਹੜੇ ਕਲੱਬਾਂ ਦੇ ਜਾਂ ਪੇਰੈਂਟਸ ਆਏ ਦੱਸਦੇ ਸੀ ਵੀ ਬਹੁਤ ਜ਼ਿਆਦਾ ਕੱਟ ਸੀਗਾ ਜੀ, ਬੜਾ ਸਾਨੂੰ ਪੰਜਾਬ ਵਾਲਾ ਮਾਹੌਲ ਲੱਗਾ ਜਿੱਦਾਂ ਆਪਣੇ ਮੇਲੇ ਲੱਗਦੇ ਆ ਉੱਥੇ ਵੱਡੇ। ਬਿਲਕੁਲ ਜੀ, ਤੇ ਆਪਣਾ ਖਾਣ ਪੀਣ ਦਾ ਸਮਾਨ ਖੁੱਲ੍ਹਾ ਹੁੰਦਾ ਜਦੋਂ ਲੰਗਰ ਚੱਲਦਾ ਜੀ ਗੁਰੂ ਘਰ ਵੱਲੋਂ, ਤੇ ਉਸ ਤਰ੍ਹਾਂ ਹੀ ਕੱਲ ਆਪਣੇ ਟੂਰਨਾਮੈਂਟ ਦੇ ਵੀ ਚੱਲਿਆ ਤੇ ਤੁਸੀਂ ਸਾਰਾ ਦਿਨ
ਕਿੱਦਾਂ ਦਾ ਤਜਰਬਾ ਤੁਹਾਡਾ? ਮੇਰਾ ਤਜਰਬਾ ਦੇਖੋ ਜੀ, ਮੈਨੂੰ ਆਨੰਦ ਬਹੁਤ ਆਉਂਦਾ ਜਦੋਂ ਏਦਾਂ ਖੇਡ ਮੇਲੇ ਦੇ ਵਿੱਚ, ਖਾਸ ਕਰਕੇ ਮੈਂ ਬੋਲਦਾ, ਚਲੋ ਸੱਭਿਆਚਾਰ ਨਾਲ ਵੀ ਜੁੜੇ ਹੋਏ ਆ ਜਾਂ ਸੱਭਿਆਚਾਰਕ ਪ੍ਰੋਗਰਾਮ ਨਾ, ਪਰ ਜਿਹੜਾ ਹੁਣ ਇਹ ਆਨੰਦ ਮਿਲਦਾ ਨਾ ਸਾਲ ਬਾਅਦ ਤੁਹਾਡਾ, ਜਿੱਦਾਂ ਤੁਸੀਂ ਪੂਰਾ ਡੇ ਚੱਲਦਾ ਤੁਹਾਡਾ ਐਤਕੀ, ਤੇ ਚਲੋ ਪਰਮਾਤਮਾ ਦੀ ਕਿਰਪਾ ਨਾਲ 2 ਦਿਨ ਤੁਸੀਂ ਕਰਵਾ ਰਹੇ ਹੋ, ਬਹੁਤ ਆਨੰਦ ਆਉਂਦਾ ਕਿਉਂਕਿ ਇੱਕ ਡੇ ਟਾਈਮ ਹੁੰਦਾ, ਖੁੱਲੇ ਮੈਦਾਨ ਹੁੰਦੇ ਆ, ਤੇ ਇੱਕ ਮੇਲੇ ਦੇ ਵਿੱਚ ਬੋਲਣਾ, ਇੱਕ ਖੇਡ ਮੇਲੇ ਚ ਬੋਲਣਾ ਬਹੁਤ ਹੀ ਜ਼ਿਆਦਾ, ਮੈਂ ਕਹਿੰਦਾ ਵੀ ਮੈਂ ਉਹਨੂੰ ਸ਼ਬਦਾਂ ਚ ਵਰਣਨ ਨਹੀਂ ਕਰ ਸਕਦਾ, ਐਜ ਏ ਸਟੇਜ ਅਨਾਉਂਸਰ ਮੈਨੂੰ ਬਹੁਤ ਜ਼ਿਆਦਾ ਆਨੰਦ ਆਇਆ ਜੀ ਕੱਲ੍ਹ। ਖੱਬੇ ਪਾਸੇ ਸੀ ਤੇ ICIC ਸੱਜੇ ਪਾਸੇ ਸੀ, ਤੇ ਹੁਣ ਹੈਗੀ ਹੈ ਜੀ ICIC ਖੱਬੇ ਪਾਸੇ ਤੇ ਸਿੰਘ ਸਪਾਈਕਰ ਸੱਜੇ ਪਾਸੇ। ਇੱਕ ਬੜਾ ਹੋਰ ਪ੍ਰਚਲਿਤ ਚੀਜ਼ ਹੈ ਜੀ, ਮਤਲਬ ਵਹਿਮ ਕਹਿ ਲਓ ਜਾਂ ਕੁਛ ਵੀ ਕਹਿ ਲਓ, ਕਈ ਵਾਰੀ ਟਿਕਾਓ ਨਾਂ ਦਾ ਸ਼ਬਦ ਦੇ ਸਕਦੇ ਹੋ, ਉਹਦਾ ਇਹ ਆ ਕਿ ਇੱਕ ਮਨ ਦੇ ਵਿੱਚ ਨਾ ਇੱਕ ਟਿਕਾਓ ਪੈਦਾ ਹੋ ਜਾਂਦਾ ਕਿਸੇ ਚੀਜ਼ ਦੇ ਪ੍ਰਤੀ, ਕਿ ਨਹੀਂ ਆਹ ਜਿਹੜੀ ਚੀਜ਼ ਆ ਮੇਰੇ ਲਈ ਬਹੁਤ ਜ਼ਿਆਦਾ ਚੰਗੀ ਆ, ਸ਼ੁੱਭ ਆ, ਉਹਨੂੰ ਸ਼ੁੱਭ ਮੰਨਣ ਲੱਗ ਪੈਂਦੇ ਆਪਾਂ, ਇਹ ਚੀਜ਼ ਹੁੰਦੀ ਹੈ। ਤੇ ਖਿਡਾਰੀ ਕਈ ਵਾਰ ਜੇ ਉਹਨਾਂ ਨੂੰ ਇੱਕ ਪਾਸੇ ਤੋਂ ਕਾਫੀ ਪੁਆਇੰਟ ਉਹ ਲੈ ਗਏ ਆ, ਤਾਂ ਉਹਨਾਂ ਨੂੰ ਹੁੰਦਾ ਕਿ ਨਹੀਂ ਉਹ ਪਾਸਾ ਸਾਡੇ ਲਈ ਠੀਕ ਸੀ, ਐਕਚੁਅਲੀ ਹੋਣਾ ਤਾਂ ਉਹੀ ਆ ਜੋ ਮਿਹਨਤ ਨਾਲ ਹੋਣਾ ਹੈ, ਬਟ ਇੱਕ ਮਨ ਦਾ ਟਿਕਾਓ ਕਹਿ ਸਕਦੇ ਉਸ ਵੀ ਚੀਜ਼ ਕਹਿ ਸਕਦੇ ਜੀ। ਹਾਂਜੀ 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 ਬਿਲਕੁਲ ਜੀ ਬਿਲਕੁਲ ਬਿਲਕੁਲ ਜੀ, ਪਾਲੀ ਜੀ ਦਾ ਸਵਾਗਤ ਹੈ ਜੀ, ਬੜਾ ਪਿਆਰਾ ਨੌਜਵਾਨ ਹੈ ਔਰ ਹਾਂਜੀ ਹਾਂਜੀ ਹਾਂਜੀ, ਹਰਿਆਣੇ ਦੀ ਬੋਲੀ ਦਾ ਆਨੰਦ ਮਾਣੋ ਜੀ, ਸਵਾਗਤ ਹੈ ਜੀ ਪਾਲੀ ਜੀ। ਜੀ ਬਿਲਕੁਲ ਬਿਲਕੁਲ ਬਿਲਕੁਲ
ਜੀ ਬਿਲਕੁਲ, ਇੱਕ ਐਕਸਰਸਾਈਜ਼ ਵੀ ਹੈ, ਇਟਸ ਗੁੱਡ ਫੋਰ ਹੈਲਥ। ਯੈਸ, ਇਹ ਤਾਂ ਹੈ ਹੀ ਹੈ। ਹਾਂ ਹਾਂ, ਬਟ ਇੱਕ ਹੋਰ ਆਪਕੀ ਲਈ ਜੀ ਬਿਲਕੁਲ ਬਿਲਕੁਲ ਸਰ ਬਿਲਕੁਲ 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 ਮਾਪਦੰਡ ਅਲੱਗ ਹੈ ਜੀ। ਠੀਕ ਹੈ ਜੀ, ਦੋਨੋਂ ਖੇਤਰੀ ਤੋਂ ਮਾਪਦੰਡ ਅਲੱਗ ਹੈ। ਸੋਵੀਅਤ ਯੂਨੀਅਨ ਸੇ ਕਿਆ ਮਤਲਬ ਆਪਕੋ? ਹਾਂਜੀ, ਤੇ ਮੈਚ ਸੰਜੇ ਵੀ ਸੰਜੇ ਨੂੰ ਆਪਣਾ ਤੇ ਦੋਨੇ ਟੀਮਾਂ ਵੱਲੋਂ ਪੂਰੀ ਕੋਸ਼ਿਸ਼ ਹੋ ਰਹੀ ਹੈ ਫਿਰ ਤੋਂ ਬਾਲ ਬਣਾਈ ਹੈ ਫਿਨਿਸ਼ ਕਰ ਕੇ ਨੇ ਬਹੁਤ ਫਿਨਿਸ਼ ਮੈਚ ਤੁਸੀਂ ਇੰਜੋਏ ਕਰ ਰਹੇ ਹੋਗੇ ਸਾਡੀਆਂ ਗੱਲਾਂ ਬਾਤਾਂ ਤੇ ਇਸ ਮੈਚ ਬਾਰੇ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ।
ਅੱਜ ਦੀ ਅਪਡੇਟ ਆਪਾਂ ਸਪੋਰਟ ਦੇ ਨਹੀਂ ਦੱਸੇ ਤੇ ਕਿੰਨੇ ਕਿੰਨੇ ਕੇਅਰ ਹੋਈ ਹੈ ਜੀ ਉਹ ਤੇ ਹੋਣੇ ਆ ਰਹੇ ਸੀ ਕੁਝ ਸਪੋਰਟਸ ਪ੍ਰਾਈਵੇਟ ਅੱਛਾ ਪ੍ਰਾਈਵੇਟ ਨਹੀਂ ਹੈ ਹਮਸੇ ਕਿੰਨੇ ਜਿਹੇ ਸਪਾਈਕ ਕਰ ਲੈ ਐਸਐਸ ਟੀ ਹਟਾਉਂ ਕਿੰਨਾ ਸਪਾਈਸ ਹੋ ਸੀ ਪ੍ਰਾਈਵੇਟ ਇਸ ਨੂੰ ਓਕੇ ਜੀ ਬੜਾ ਹੀ ਫਸਲਾ ਮੁਕਾਬਲਾ ਹੋਇਆ ਪਿਆ ਗਾ ਤਿੰਨ ਈਚ ਹੋ ਗਏ ਜੀ ਦਸ ਦਸ ਦੋਨੋਂ ਟੀਮਾਂ ਦੇ ਗੈਰੀ ਨੇ ਸਰਵਿਸ ਕੀਤੀ ਹੈ ਜਾਣ ਸਕਤੇ ਹਿੰਦੀ ਮੈਂ ਕਹਿ ਸਕਤੇ ਹੈ ਜੀ ਇਸਕੋ ਨਾਮ ਸੇ ਜਾਣੇ ਵਾਲਾ ਖੇਲ ਵਾਲੀਬਾਲ ਕੇ ਤੌਰ ਪਰ ਇਹ ਸਿੱਧੂ ਹੈ ਜੀ ਪਰ ਇਸ ਖੇਤ ਤੋਂ ਖੇਲ ਇੱਕ ਇਨਸਾਨ ਥਾ ਜੀ ਜੀ ਮਾਰਗਨ ਕਿਸੀ ਸਰੀਰ ਮੇ ਕੋਈ ਚੋਟ ਨਾ ਆਈ ਕਿਸੀ ਇਸਕੇ ਬਾਅਦ ਮੁਸਲਮਾਨ ਨੇ ਕਈ ਖੇਲੋ ਮੇ ਜੀ ਆਪਣੇ ਵੀਹ ਵੀਹ ਮਿੰਟ ਪਹਿਲੇ ਪਰ ਮੈਂ ਜੋ ਡਾਲੀ ਸੀ ਠੀਕ ਹੈ ਇਹ ਚੀਜ਼ਾਂ ਦੀ ਤਲਾਸ਼ ਕਰੀ ਉਸਕੀ ਸੋਚ ਕੇ ਮੁਤਾਬਿਕ ਸਹੀ ਬੈਠਿਆ ਜੀ ਉਸ ਠੀਕ ਹੈ ਸਭ ਸਹੀ ਹੈ ਕਰਦੇ ਕੰਟੀਨਿਊ ਕਰੀ ਤੁਸੀਂ ਆਪਣਾ ਕਿ ਆਉਣ ਵਾਲੇ ਵਰਸ਼ਾਂ ਵਿੱਚ ਖੇਲ ਲਿਆ
ਚਿਬੜਾ ਵਾਲਾ ਜਾਰੀ ਰੱਖਿਆ ਗਿਆ। ਠੀਕ ਹੈ ਜੀ। ਬੱਚੇ ਉਧਰ ਚੱਲ ਜਾ, ਚਾਹੇ ਸਵੇਰ ਤੋਂ ਬੱਚੇ ਹੋਏ ਨੇ ਉਹ ਆਪਣੇ ਕਰੀਬ ਤੇ। ਹਾਂਜੀ, ਪੁਆਇੰਟ ਹੈਗੇ ਜੀ ਮੇਰੇ ਅੱਠੇ ਦੇ ਪੁਆਇੰਟ ਜੀ ICSE ਦੇ 17 ਤੇ 14 ਹੈਗੇ ਜੀ ਸੇਮ ਸਟਡੀ ਦੇ। ਕੋਈ ਗੱਲ ਨਹੀਂ ਕਿ ਮੇਰੇ ਪਹਿਲਾਂ ਟੈਸਟ ਹੈ ਉਹ ਸ਼ਾਇਦ ਕਈ ਵੀ ਮਿਲਤ ਕਰਨ ਦੇ ਬਹਿਮ ਹੋ ਜਾਂਦਾ ਜਾਂ ਉਹ ਸ਼ਿੰਦੇ ਹੋਈ ਆ ਪਹਿਲਾਂ ਖੱਤੇ ਪਾਸੇ ਦੇ ਤੁਸੀਂ ਸੇਮ ਸਟਡੀ ਤੇ ਸੱਜੇ ਪਾਸੇ ICSE ਤੇ ਹੁਣ ICSE ਸੱਜੇ ਪਾਸੇ ਹੈ ਸੇਮ ਸਟਡੀ ਸੱਜੇ ਪਾਸੇ ਹੈ। ਹਾਂ ਬਸ ਠੀਕ ਹੈ, ਉਹਨਾਂ ਤੋਂ ਉੱਪਰ ICSE ਬਾਕੀ ਨਾ ਕਹਾਣੀ ਰਹੀ ਹੈ। ਬੜਾ ਮੰਚ ਲਗਾ ਕੇ ਨਿਕਲਣਾ ਹਾਂ ਹਾਂਜੀ
ਲਾਸਟ ਈਅਰ ਲਾਸਟ ਪਹਿਲਾ ਕੁੰਡ ਚੱਲ ਰਿਹਾ ਹੈਗਾ ਪਹਿਲਾ ਕੁੰਡ ਪੰਜਾਬੀ ਜਿਹਦੇ ਵਿੱਚ ਵੈਸੇ ਮੈਚ 0-0 ਨਾਲ ਡਰਾ ਰਿਹਾ ਸੀਗਾ, ਪਰ ਪੈਨਲਟੀ ਸ਼ੂਟ ਦੇ ਵਿੱਚ ਟੂੰਬਾ ਦਾ ਕਲੱਬ ਜਿੱਤ ਗਿਆ ਸੀਗਾ ਜੀ। ਤੇ ਬਸ ਜੋ ਕੀਤਾ ਹੋਈ ਸਿਕੰਦਰ ਤੇ ਟੂੰਬਾ ਵਾਲੇ ਜੀ ਕੱਲ੍ਹ ਦੇ ਸ਼ੱਕ ਵਰਤੀ ਕਰਕੇ ਦੋ ਗਰੁੱਪਾਂ ਦੇ ਵਿੱਚੋਂ ਵਿਨ ਚੱਕੇ ਗਏ। ਪਹਿਲੀ ਵਾਰ ਆਇਆ ਬਹੁਤ ਸੋਹਣਾ, ਉਹ ਵੀ ਫੈਮਲੀਆਂ ਬੜੀਆਂ ਐਕਸਾਈਟਡ ਸੀਗੀਆਂ ਕਿ ਪਹਿਲੀ ਵਾਰ ਟੂਰਨਾਮੈਂਟ 'ਚ ਉਹਨਾਂ ਨੇ ਪਾਰਟੀਸਪੇਟ ਕੀਤਾ ਤੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਜੀ, ਬੜੇ ਖੁਸ਼ੀ ਸਨ। ਦੋਨੋਂ ਹੀ ਟੀਮਾਂ ਇੱਕ ਇੱਕ ਸੈੱਟ ਜਿੱਤ ਕੇ
ਹਾਂਜੀ ਹੋਵੇ ਹਾਂਜੀ ਪਾਲੀ ਜੀ ਦੱਸੋ ਨੰਬਰ 1 ਇਸ ਕਰਕੇ ਕੁਛ ਵੀ ਹੋ ਸਕਦਾ ਕਈ ਵਾਰੀ ਇਸ ਕਰਕੇ ਨੰਬਰ ਵੀ ਹੋ ਸਕਦਾ ਕਈ ਵਾਰੀ ਇੱਕ ਟੂਰਨਾਮੈਂਟ ਜਾਂਦੀ ਹੈ ਕਿ ਦੂਜੀ ਟੀਮ ਜਾਂਦੀ ਹੈ ਇਸ ਕਰਕੇ ਜਾਂਦੀ ਹੈ ਕਿ ਦੂਜੀ ਨੰਬਰ 1 ਨੰਬਰ 2 ਕਰਕੇ ਆ ਗਈ ਵੀ ਇੱਕ ਟੀਮ ਹੁੰਦੀ ਹੈ ਤਾਂ ਦੋਨੇ ਟੀਮ ਨੰਬਰ 1 ਨੇ ਤੇ ਦੋਨੇ ਟੀਮ ਨੰਬਰ 1 ਨੇ ਤੇ ਕੋਈ ਤਾਂ ਨਹੀਂ ਕਿਹੜੀ ਟੀਮ ਨੂੰ ਦੂਸਰੀ ਵਾਰ ਦੂਜੀ ਟੀਮ ਨੰਬਰ 2 ਤੇ ਕਰ ਦੇਣਾ ਹੁੰਦਾ ਦੂਜੀ ਟੀਮ ਨੰਬਰ 2 ਤੇ ਕਰ ਦੇਣਾ ਹੁੰਦਾ ਇੱਥੇ ਅਤੇ ਵੱਡੀ ਤੋਪਾ ਤਾਰਾ ਜੀ ਇੱਧਰ ਅਤੇ ਵੱਡੀ ਤੋਪਾ ਤਾਰਾ ਹੋ ਇੱਧਰ
ਆਓ ਜੀ ਆਓ ਜੀ ਨਹੀਂ ਚਾਚੂ ਜੀ ਉੱਪਰ ਜੀ ਕਲੇਰ ਚਾਚੂ ਜੀ ਉੱਪਰ ਜੀ ਕਲੇਰ ਸ਼ਾਇਦ ਨਹੀਂ ਚਾਚੂ ਹੋਈ ਹੈ ਜੀ ਥੋੜਾ ਕੁਛ ਫਨੀ ਹੋਇਆ ਸਾਰੇ ਆਸਰੇ ਨੇ ਬੜਾ ਫਨੀ ਬਣਾ ਲਿਆ ਸਾਰੇ ਆਸਰੇ ਨੇ ਬੜਾ ਫਨੀ ਬਣਾ ਲਿਆ ਸਰਵਿਸ ਇੰਸਪੈਕਟਰ ਵੱਲੋਂ ਸਰਵਿਸ ਇੰਸਪੈਕਟਰ ਵੱਲੋਂ ਗਲਤੀ ਸੁਧਾਰੀ ਸਮਝਦੇ ਤੇ ਬੜੇ ਅੱਛੇ ਤਰੀਕੇ ਨਾਲ ਬੜਾ ਅੱਛਾ ਜੰਪ ਲੈ ਕੇ ਨੰਬਰ ਸਰਵਿਸ ਬਹੁਤ ਥੋੜੀ ਸਮੈਸ਼ ਸੀ ਜੀ ਪਰ ਉਸ ਤੋਂ ਜ਼ਿਆਦਾ ਥੋੜਾ ਬਲੈਕ ਹੋ ਗਿਆ ਕੋਸ਼ਿਸ਼ ਕੀਤੀ ਗਈ ICICI ਦੇ ਬੜਾ ਹੀ ਬਲੈਕ ਸ਼ਰਟ ਵਾਈਟ ਦੇ ਵਿੱਚ ਨੇ ਉਹ ਇਹਦਾ
ਕਰਨ ਦੇ ਪੁਆਇੰਟ ਆ Yeah.
ਸਾਡੇ ਨੇ ਸਾਡੇ ਸਾਰੇ
ਸੋ ਬਹੁਤ ਹੀ ਛੋਟੇ ਛੋਟੀਆਂ ਗੱਲਾਂ ਦਾ ਵੀ ਹਨਾ ਟਾਈਮ ਦੇ ਬੜੇ ਪਾਬੰਦ ਨੇ ਤੇ ਆਪਣਾ ਸ਼ੁਕਰਵਾਰ ਰਾਤ ਨੂੰ ਕਿਹਾ ਸੀ ਮੈਂ ਸਾਢੇ ਸੱਤ ਆ ਕੇ ਆਪਣਾ ਸ਼ੁਰੂ ਕਰ ਦਿੱਤਾ ਬੜੇ ਮਿਹਨਤੀ ਨੇ ਜੀ ਤੇ ਬੜਾ ਹੀ ਆਪਣਾ ਨਵਾਂ ਚੈਨਲ ਆ ਜੀ ਸੈਵਨ ਸੀ ਟੀਵੀ ਤੇ ਪਰ ਬੜੇ ਥੋੜੇ ਚੰਗੇ ਨੂੰ ਸ਼ੁਰੂ ਹੈਗਾ ਤੇ ਬੜਾ ਸਟੇਡੀਅਮ ਦੇ ਵਿੱਚ ਪਤਾ ਵੀ ਹਮੇਸ਼ਾ ਚੱਲਦੇ ਰਹਿੰਦੇ ਨੇ ਆਪਣਾ ਐਂਟਰਟੇਨਮੈਂਟ ਲਈ ਕੁਛ ਹੈ ਨੀ ਕੋਈ ਦੇਖਣ ਨੂੰ ਪਰ ਪਿਛਲੇ ਕੁਝ ਸਾਲਾਂ ਤੋਂ ਵੱਖ ਵੱਖ ਲੱਭਣ ਨੂੰ ਇਸ ਤਰ੍ਹਾਂ ਟੂਰਨਾਮੈਂਟ ਸੋਕਰ ਦੇ ਜਾਂ ਕਬੱਡੀ ਦੇ ਕਰਵਾਏ ਜਾ ਰਹੇ ਨੇ ਤੇ ਆਪਣੇ ਬਜ਼ੁਰਗਾਂ ਨੂੰ ਇੱਥੇ ਦੇਖਣ ਦਾ ਮੌਕਾ ਮਿਲਦਾ ਤੇ ਉਹਨਾਂ ਵੀ ਮਨ ਜਾਂਦਾ ਇੱਥੇ ਜਦੋਂ ਆਪਣੇ ਪਰਿਵਾਰ ਕੋਲ ਆਉਂਦੇ ਟੂਰਨਾਮੈਂਟ ਗਰਾਊਂਡ ਵੀ ਤੇ ਟੂਰਨਾਮੈਂਟ ਤੋਂ ਬਾਅਦ ਵੀ ਜਦੋਂ ਕਾਫੀ ਮਾਤਾਵਾਂ ਤੇ ਆਪਣੇ ਬਜ਼ੁਰਗ ਮਿਲੇ ਜੀ ਆਪਣੇ ਗਰਾਊਂਡ ਵਿੱਚ ਤੇ ਉਹਨਾਂ ਨੇ ਜਿਹੜੀ ਉਹਨਾਂ ਤੋਂ ਕੀ ਬੱਚਾ ਬਹੁਤ ਉਤਸ਼ਾਹਿਤ ਸੀਗੇ ਜੋ ਮੈਚ ਚੱਲ ਰਹੇ ਨੇ ਫੁੱਟਬਾਲ ਦੇ ਤੇ ਦੋ ਲੰਗਰ ਪਾਣੀ ਚੱਲ ਰਿਹਾ ਸਰੀਰ ਤੋਂ ਵੀ ਪੰਜਾਬ ਦਾ ਮਾਹੌਲ ਚੇਤੇ ਕਰਦਾ ਵੀ ਆਪਣੇ ਪੰਜਾਬੀਆਂ ਨੂੰ ਪੰਜਾਬ ਇੱਥੇ ਲੈ ਆਉਂਦਾ ਵਾ ਜਿਸ ਤਰ੍ਹਾਂ ਕਿ ਇੱਥੇ ਪਹੁੰਚੇ ਸਾਡੇ ਕੁਝ ਮਹਿਮਾਨ ਵੀ ਪਹੁੰਚੇ ਹੋਏ ਇੱਥੇ ਬੰਟੀ ਪਿੰਗਾਂ ਦੀ ਆਗੂ ਪਿੰਡ ਤੇ ਜਿਹੜੇ
ਗਾਣੇ ਵਾਲੀ ਸ਼ਖਸੀਅਤ ਨੇ ਪੰਜਾਬੀ ਸਿੰਗਰ ਨੂੰ ਵੱਖ ਵੱਖ ਸਿੰਗਰ ਦੇ ਉੱਤੇ ਲੈ ਕੇ ਆਉਣਾ ਪਿੱਛੇ ਦੇ ਪੁਰਾਣੇ ਪੈਣ ਵਾਲੀ ਕਹਾਵਤ ਸਾਡੇ ਨਾਲ ਕਮਿਊਨਿਟੀ ਚ ਲੱਕੜੀ ਦੇ ਨਾਲ ਜੁੜਦੇ ਨੇ ਸਾਡੇ ਕੋਲ ਜੀ ਥੋੜਾ ਬ੍ਰੇਕ ਤੇ ਗਏ ਨੇ ਤੇ ਕਮਿਊਨਿਟੀ ਵੀ ਜੁੜਦੇ ਨੇ ਜੀ ਬਹੁਤ
ਖਿਡਾਰੀ ਖੇਡ ਰਹੇ ਆ ਸਾਰੇ ਇਨਸਾਨਾਂ ਦੀ ਖੇਡ ਤੋਂ ਜੇ ਕਹਿ ਲਈਏ ਕੋਈ ਲੱਗ ਕਥਨ ਨਹੀਂ ਹੋਊਗੀ।